ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅਤੇ ਅਸੀਂ ਵੀ ਠੀਕ ਹਾਂ ਜੀ। ਇਸੇ ਉਮੀਦ ਨਾਲ ਮੈਂ ਲੈ ਕੇ ਆਈ ਹਾਂ ਜੀ ਇੱਕ ਨਵੀਂ ਵੀਡੀਓ। ਵੀਡੀਓ ਹੈ ਜੀ ਰਬੜੀ ਮਲਾਈ ਦੀ, ਜਿਹੜੀ ਖੁਰਚਣ ਵਾਲੀ ਰਬੜੀ ਮਲਾਈ ਆਪਾਂ ਹਲਵਾਈ ਸਟਾਈਲ ਜੀ ਰੈਸਟੋਰੈਂਟਾਂ ਦੇ ਵਿੱਚ ਮਿਲਦੀ ਹੈ, ਜਲੇਬੀ ਨਾਲ ਖਾਣ ਵਾਸਤੇ ਮਿਲਦੀ ਹੈ, ਉਹ ਬਣਾਵਾਂਗੇ ਜੀ। ਦੇਖੋ ਕਿੰਨੀ ਸੋਹਣੀ ਬਣੀ ਹੈਗੀ, ਇਹਦੀ ਰੈਸਪੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਜੀ। ਹਾਂਜੀ, ਜੇ ਚੈਨਲ 'ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚਲੋ ਜੀ ਆਪਾਂ ਬਣਾਉਂਦੇ ਹਾਂ ਰਬੜੀ ਮਲਾਈ। ਦੇਖੋ ਕਿੰਨੀ ਸੋਹਣੀ ਬਣੀ ਹੈ ਜੀ, ਮੇਰੇ ਨਾਲ ਕਰੋ ਜੀ ਵੀਡੀਓ ਨੂੰ ਇੰਜੋਏ। ਅਤੇ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਤੇਲ, ਘਿਓ ਜੋ ਵੀ ਤੁਸੀਂ ਲਾਉਣਾ ਚਾਹੁੰਦੇ ਹੋ ਲਾ ਸਕਦੇ ਹੋ, ਹੈ ਨਾ। ਘੀ ਵੀ ਲਾ ਸਕਦੇ ਹੋ ਦੇਸੀ, ਅਤੇ ਤੁਸੀਂ ਤੇਲ ਵੀ ਰਿਫਾਇੰਡ ਮਤਲਬ ਬਿਨਾਂ ਸਮੈਲ ਵਾਲਾ, ਜਿਹਦੇ ਸਮੈਲ ਨਾ ਹੋਵੇ ਆਪਣੀ ਕੋਈ, ਉਹ ਸਰ੍ਹੋਂ ਦਾ ਤੇਲ ਨਹੀਂ ਲਾਉਣਾ ਹੈਗਾ। ਅੱਜ ਬਣਾਵਾਂਗੇ ਆਪਾਂ ਖੁਰਚਣ ਵਾਲੀ ਰਬੜੀ, ਅਤੇ ਉਹਦੇ ਲਈ ਆਪਾਂ ਕੜਾਹੀ ਰੱਖ ਲਈ ਆ, ਦੁੱਧ ਆਪਣਾ ਕਰੀਮ ਵਾਲਾ। ਦੋ ਗਲਾਸ ਦੁੱਧ ਪਾਏ ਜੀ ਆਪਾਂ, ਨਾਲ ਪਾਵਾਂਗੇ ਆਪਾਂ ਜਿਹੜੀ ਕਰੀਮ ਸੀਗੀ ਦੁੱਧ ਦੇ ਉੱਪਰ। ਹੁਣ ਆਪਾਂ ਇਹਨੂੰ ਕਬਾਲ ਆਉਣ ਦੇਵਾਂਗੇ। ਜੀ ਆਪਣੇ ਦੁੱਧ ਨੂੰ ਉਬਾਲ ਆ ਗਿਆ, ਹੁਣ ਆਪਣਾ ਜਿਹੜਾ ਗੈਸ ਆ ਆਪਾਂ ਲੋ ਟੂ ਮੀਡੀਅਮ ਕਰ ਦੇਣਾ ਗਾ। ਅਤੇ ਦੋ ਚਮਚ ਆਪਾਂ, ਇੱਕ ਚਮਚ ਲਾ ਲਓ ਕੱਢ ਲਿਆ ਦੁੱਧ ਦਾ, ਇਹਦੇ ਵਿੱਚ ਜਿਹੜਾ ਆਪਾਂ ਦੁੱਧ ਕੌਲੀ ਦੇ ਵਿੱਚ ਕੱਢਿਆ, ਇਹਦੇ ਵਿੱਚ ਆਪਾਂ ਪਾਵਾਂਗੇ ਕੇਸਰ ਦੇ ਧਾਗੇ ਜੀ 4-5, ਤਾਂ ਕਿ ਇਹਦੇ ਗਰਮ ਦੁੱਧ ਦੇ ਵਿੱਚ ਆਪਣਾ ਕਲਰ ਛੱਡ ਦੇਣ ਅਤੇ ਨਾਲੇ ਫੁੱਲ ਜਾਣ। ਲਓ ਜੀ ਇਹਨੂੰ ਪਕਾਉਣਾ ਆਪਾਂ, ਜਿਹੜੀ ਆਪਣੀ ਮਲਾਈ ਆਉਣੀ ਹੈ ਇਹਦੇ ਉੱਤੇ ਰਬੜੀ ਦੇ ਉੱਪਰ, ਉਹ ਆਪਾਂ ਨੇ ਐਵੇਂ ਕਿਨਾਰਿਆਂ 'ਤੇ ਲਾਈ ਜਾਣੀ ਆਲੇ ਦੁਆਲੇ ਜਿਹੜੀ ਮਲਾਈ ਆਊਗੀ। ਜੇ ਆਪਾਂ ਉਹਨੂੰ ਵਿੱਚੇ ਮਿਕਸ ਕਰ ਦਾਂਗੇ ਫਿਰ ਤਾਂ ਮੁਲਾਇਮ ਖੋਏ ਵਰਗਾ ਬਣ ਜੂਗਾ। ਆਪਾਂ ਨੇ ਰਬੜੀ ਬਣਾਉਣੀ ਹੈ ਜੀ, ਰਬੜੀ ਬਣਨੀ ਹੈ ਅਤੇ ਟਾਈਮ ਤਾਂ ਲੱਗਣਾ ਹੀ ਆ। ਜਲੇਬੀ ਨਾਲ ਖਾਓ ਰਬੜੀ ਨੂੰ, ਵੈਸੇ ਖਾਓ ਬਹੁਤ ਵਧੀਆ ਬਣਦੀ ਹੈਗੀ ਘਰ ਦੇ ਵਿੱਚ ਜਦੋਂ ਆਪਾਂ ਬਣਾਉਂਦੇ ਹਾਂਗੇ ਕੋਈ ਚੀਜ਼। ਅਤੇ ਇਸੇ ਤਰ੍ਹਾਂ ਇਹਨੂੰ ਆਲੇ ਦੁਆਲੇ ਲਾਈ ਜਾਣਾ ਜੀ ਮਲਾਈ ਨੂੰ। ਲਓ ਜੀ ਆਪਣੇ ਦੁੱਧ 'ਤੇ ਮਲਾਈਆਂ ਆ ਰਹੀਆਂ ਨੇ, ਜਿਹੜੀਆਂ ਆਪਾਂ ਸਾਈਡ 'ਤੇ ਐਵੇਂ ਕਰੀ ਜਾਣੀਆਂ ਨੇਗੀਆਂ, ਵਿੱਚ ਨਹੀਂ ਮਿਕਸ ਕਰਨੀਆਂ। ਅਤੇ ਹੁਣ ਥੋੜ੍ਹਾ ਜਿਹਾ ਦੁੱਧ ਆਪਾਂ ਇੱਕ ਚਮਚ ਲਿਆ ਦਹੀਂ ਦਾ ਜੀ, ਇਹਦੀ ਥਾਂ 'ਤੇ ਤੁਸੀਂ ਇਨੋ ਵੀ ਲੈ ਸਕਦੇ ਹੋ ਜਾਂ ਫਿਟਕਰੀ ਵੀ ਯੂਜ਼ ਕਰਦੇ ਆ ਕੋਈ, ਜਿਹੜਾ ਮਤਲਬ ਪਸੰਦ ਆ। ਮੈਨੂੰ ਬੈਟਰ ਦਹੀਂ ਲੱਗਿਆ, ਹੁਣ ਦਹੀਂ ਦੇ ਵਿੱਚ ਮੈਂ 2-3 ਚਮਚ ਦੁੱਧ ਦੇ ਪਾਊਂਗੀ। ਅਤੇ ਸਿੱਧਾ ਦਹੀਂ ਐਡ ਨਹੀਂ ਕਰਨਾ ਇਹਦੇ ਵਿੱਚ, ਨਹੀਂ ਤਾਂ ਇਹ ਫਟ ਜੂਗਾ, ਫਿਰ ਤਾਂ ਦੁੱਧ ਅਲੱਗ ਹੋ ਜੂਗਾ ਅਤੇ ਉਹ ਪਾਣੀ ਜਿਹਾ ਅਲੱਗ ਹੋ ਜੂਗਾ। ਤਾਂ ਇੱਕ ਇੱਕ ਚਮਚਾ ਕਰਕੇ ਇਸ ਤਰ੍ਹਾਂ ਐਡ ਕਰ ਦਾਂਗੇ ਅਤੇ ਨਾਲ ਹੀ ਆਪਾਂ ਹਿਲਾ ਦਾਂਗੇ। ਤਾਂ ਕਿ ਇਹਦੇ ਥੱਕੇ ਜੇ ਬਣ ਜਾਣ। ਲਓ ਜੀ ਹੁਣ ਆਪਾਂ ਇਹ 'ਚ ਐਡ ਕਰਾਂਗੇ ਕੇਸਰ ਵਾਲਾ ਦੁੱਧ, ਜਿਹੜਾ ਆਪਾਂ ਕੇਸਰ ਦੇ ਧਾਗੇ ਭਿਉਂ ਕੇ ਰੱਖੇ ਸੀਗੇ ਉਹ ਐਡ ਕਰ ਦਾਂਗੇ। ਨਾਲੇ ਆਪਣਾ ਕਲਰ ਵਧੀਆ ਹੋਊਗਾ ਇਹਦਾ ਅਤੇ ਨਾਲੇ ਟੇਸਟ ਵਧੀਆ ਹੋਊਗਾ। ਇੱਕ ਪਿੰਚ ਪਾਵਾਂਗੇ ਆਪਾਂ ਖਾਣ ਵਾਲਾ ਸੋਡਾ ਬੇਕਿੰਗ ਪਾਊਡਰ, ਜਿਹਦੇ ਨਾਲ ਬਬਲਸ ਆ ਜਾਣਗੇ ਇਹਦੇ 'ਤੇ, ਨਾਲ ਦੀ ਨਾਲ ਆਪਾਂ ਹਿਲਾ ਦੇਣਾ।
ਹੁਣ ਇਹਦੇ ਵਿੱਚ ਆਪਾਂ ਐਡ ਕਰਨੀ ਹੈ ਜੀ ਸ਼ੂਗਰ। ਸ਼ੂਗਰ ਤੁਸੀਂ ਆਪਣੀ ਪਸੰਦ ਮੁਤਾਬਕ, ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ, ਘੱਟ ਪਸੰਦ ਕਰਦੇ ਹੋ, ਉਹਦੇ ਮੁਤਾਬਕ ਤੁਸੀਂ ਐਡ ਕਰਨੇ ਆ। ਮੈਂ ਪਾਉਂਗੀ ਇਹ 'ਚ 2 ਤੋਂ 3 ਟੇਬਲ ਸਪੂਨ, ਆਪਣਾ ਖਾਣ ਵਾਲਾ ਚਮਚਾ ਹੁੰਦਾ ਜਿਹੜਾ, ਬਸ ਇੰਨਾ ਕੁ ਮਿੱਠਾ ਪਾਉਂਗੀ ਇਹਦੇ ਵਿੱਚ। ਤੁਹਾਨੂੰ ਜਿੰਨਾ ਮਿੱਠਾ ਪਸੰਦ ਆ ਤੁਸੀਂ ਉਨਾ ਐਡ ਕਰ ਸਕਦੇ ਹੋ। ਦੇਖੋ ਜੀ ਆਪਣੀ ਜਿਹੜੀ ਰਬੜੀ ਆ ਉਹ ਬਣ ਗਈ, ਬਸ ਥੋੜ੍ਹਾ ਟਾਈਮ ਲੱਗਣਾ। ਅਤੇ ਜਿਹੜੀ ਆ ਕੁਰਚਣ ਹੈ ਇਹ ਵਿੱਚ ਆਪਾਂ ਮਿਕਸ ਕਰਾਂਗੇ, ਫਿਰ ਬਹੁਤ ਵਧੀਆ ਬਣੂਗੀ। ਕਿਉਂਕਿ ਜੇ ਆਪਾਂ ਇਹਨੂੰ ਪਹਿਲਾਂ ਹੀ ਉਤਾਰ ਦਿੰਦੇ ਫਿਰ ਇਹਨੇ ਵਿੱਚੇ ਮਿਕਸ ਹੋ ਜਾਣਾ ਸੀਗਾ, ਫਿਰ ਇਹਨੇ ਖੋਏ ਦੀ ਤਰ੍ਹਾਂ ਹੋ ਜਾਣਾ ਸੀਗਾ। ਹੁਣ ਦੇਖੋ ਕੁਰਚਣ ਵਾਲੀ ਰਬੜੀ ਆਪਣੀ ਕਿੰਨੀ ਵਧੀਆ ਬਣੂਗੀ। ਹਾਂਜੀ, ਅਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਵੀ ਜੀ। ਬਿਲਕੁਲ ਸੌਖੇ ਤਰੀਕੇ ਨਾਲ ਮੈਂ ਰਬੜੀ ਤਿਆਰ ਕੀਤੀ ਹੈ ਜੀ। ਅਤੇ ਇਹਦੇ ਵਿੱਚ ਤੁਸੀਂ ਰੋਜ਼ ਵਾਟਰ ਵੀ ਪਾ ਸਕਦੇ ਹੋ ਜਾਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ। ਮੈਂ ਇਹਨੂੰ ਅੱਜ ਕੇਸਰ ਦਾ ਫਲੇਵਰ ਦਿੱਤਾ, ਇਸ ਲਈ ਮੈਂ ਦੋਨੋਂ ਚੀਜ਼ਾਂ ਨਹੀਂ ਪਾਈਆਂ। ਲਓ ਜੀ ਆਪਣੀ ਜਿਹੜੀ ਰਬੜੀ ਬਣ ਕੇ ਤਿਆਰ ਹੈ, ਦੇਖੋ। ਅਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇਵਾਂਗੇ, ਫਿਰ ਕਰਾਂਗੇ ਜੀ ਸਰਵ। ਲਓ ਜੀ ਤੁਸੀਂ ਵੀ ਬਣਾਓ ਅਤੇ ਬਣਾ ਕੇ ਖਾਓ ਰਬੜੀ, ਜਲੇਬੀ ਨਾਲ ਖਾਓ, ਵੈਸੇ ਖਾਓ। ਜੇ ਇਹਨੂੰ ਠੰਡੀ ਹੋ ਰੱਖਾਂਗੇ ਤਾਂ ਥੋੜ੍ਹੀ ਜਿਹੀ ਹੋਰ ਗਾੜੀ ਹੋਊਗੀ, ਇਸ ਕਰਕੇ ਮੈਂ ਇਹਨੂੰ ਜ਼ਿਆਦਾ ਗਾੜੀ ਨਹੀਂ ਕੀਤਾ, ਹੁਣ ਇਹਨੂੰ ਆਪਾਂ ਠੰਡੀ ਹੋਣ ਰੇ ਰੱਖਾਂਗੇ। ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।